ਸੁਣੋ, ਹੁਸੈਨ ਨੀ ਤਾਰੀਫ ਕਰ ਰਿਹਾ, ਆਪਣੀ ਤੇ ਨਹੀਂ ਕੀਤੀ। ਹਾਂ, ਦਿਲ ਹੈ ਉਦਾਸ, ਮੁਸ਼ਕਿਲ ਕੁਸ਼ਾ ਵੇ। ਕਈ ਬੰਦੇ ਆ ਨੇ ਜੀ ਕਰਬਲਾ ਵਿੱਚ, ਇਹ ਕਦੇ ਮੁਸ਼ਕਿਲ ਕੁਸ਼ਾ ਹੋਣ? ਸੁਣੋ ਮੌਲਵੀ ਮਨੋ ਜਵਾਬ, ਕੰਮ ਆਸੀ ਦੇ ਕਦੇ ਇਸ ਫਕੀਰਾਂ ਯਾਦ ਕਰਸੋ। ਅਖੇ ਜੀ ਕਰਬਲਾ ਵਿੱਚ ਆਪਣਿਆਂ ਨਹੀਂ ਪਹੁੰਚ ਸਕੇ ਤੇ ਹੋਰਾਂ ਕਿਹੜਾ ਪਹੁੰਚ? ਸੁਣ, ਇਹ ਸੁਣੋ, ਇਸ ਗੱਲ ਨਾ ਜਵਾਬ ਤੁਸੀਂ ਪਹਿਲੇ ਦਿਓ, ਮੈਂ ਤੱਕਾ ਤੁਸਾਂ ਨੀ ਕਾਬਲੀਅਤ ਕਿਤਨੀ। ਡਾਂਗਾ ਚਾਹ ਕੇ ਸਿਰੇ ਹੋ ਵਿੰਨੇ ਹੋ, ਜਵਾਬ ਦਿਓ ਨਾ, ਅਕਲ ਬੰਦ ਕਰ ਦੇਵੇ ਮਾਕੂਲ ਆਦਮੀਆਂ। ਉਹ ਸਾਖਿਆ ਅਖੇ ਆਪਣੀ ਕੁਝ ਨਹੀਂ ਕਰ ਸਕੇ ਤੇ ਦੂਆਂ ਨੀ ਮੁਸ਼ਕਿਲ ਕਿਹੜੀ ਹੋ ਸੀ ਜਿੱਥੇ ਪਹੁੰਚ? ਸੁਣ, ਮੈਂ ਆਖੋ ਚੱਲਿਆ ਅਕਲ ਕਰ, ਜਿਹੜੇ ਦੂਆਂ ਨੇ ਮੁਸ਼ਕਿਲ ਕੁਸ਼ਾ ਹੋਣ, ਉਹਨਾਂ ਲੋੜ ਹੀ ਨਹੀਂ ਹੋਣੀ, ਉਹਨਾਂ ਮੁਸ਼ਕਿਲ ਪੈਣੀ ਨਹੀਂ। ਮੈਂ ਕਿਹ ਆਖਿਆ ਜਿਹੜੇ ਦੂਆਂ ਨੇ ਮੁਸ਼ਕਿਲ ਕੁਸ਼ਾ ਹੋਣ, ਉਹਨਾਂ ਮੁਸ਼ਕਿਲ ਪੈਣੀ ਨਹੀਂ, ਤੇ ਉਹ ਮੁਸ਼ਕਿਲ ਪੈਵੇ ਵੀ ਤੇ ਉਸਾਂ ਸਮਝਣਾ ਹੀ ਨਹੀਂ ਮੁਸ਼ਕਿਲ। ਕੇ ਦਲੀਲ ਏ? ਦਲੀਲ ਦੇ ਭਾਈ ਨਸੀਰੁਦੀਨ, ਤੂੰ ਤਾਂ ਬੜੀ ਅਕਲ ਦਿੱਤੀ, ਲੋਕ ਆਖਦੇ ਬੜਾ ਸਿਆਣਾ ਨੱਡਾ। ਸਿਆਣੇ ਆਖਦੇ ਸਿਆਣਾ ਬੰਦਾ, ਸਿਆਣੇ ਆਖਦੇ ਨਾ, ਲੈ ਕੇ ਨੀ ਮੈਂ ਗੱਲ ਨੀ ਕਰਨਾ, ਸਿਆਣੇ ਅਕਲਮੰਦ ਦਾਨਾ ਇਲਮ ਨੀ ਦੁਨੀਆਂ ਵਿੱਚ ਰੱਖਣੇ ਰਹਿਣੇ ਵਾਲੇ ਹੈ ਜੀ, ਜਿਨ੍ਹਾਂ ਨਾਲ ਓੜਨਾ ਵਿਛਾਉਣਾ ਪੈਸਾ ਜਮ੍ਹਾਂ ਕਰਨਾ ਨਹੀਂ, ਇਲਮ ਪੜ੍ਹਨਾ, ਮੁਤਾਲਿਆ ਕਰਨਾ, ਕੁਰਾਨ ਪੜ੍ਹਨਾ, ਹਦੀਸ ਪੜ੍ਹਨਾ, ਲਿਖਣਾ ਲਿਖਾਣਾ, ਜਿਸ ਦਾ ਸ਼ੁਗਲ ਏ ਉਹ ਨਸੀਰੁਦੀਨ ਦੀ ਗੱਲ ਮਨਸੀ ਤੇ ਸੁਣਸੀ ਇਨਸ਼ਾਅੱਲਾ। ਦੇਵੇ ਨਾ ਕੋ ਮਾਈ ਨਾ ਪੁੱਤਰ ਜਵਾਬ। ਅਖੇ ਜੀ ਮੁਸ਼ਕਿਲ, ਮੈਂ ਕਿਹਾ ਮੁਸ਼ਕਿਲ ਜਿਹੜੇ ਕੁਸ਼ਾ ਦੂਆਂ ਨੇ ਆਉਣ ਨਾ, ਇਹ ਜੁਮਲਾ ਸੁਣਿਓ ਤੇ ਫਿਰ ਅਗਲਾ ਜਵਾਬ ਮੈਨੂੰ ਮਜ਼ਾ ਦੇ ਸੀ, ਤੁਸਾਂ ਬਹੁਤ ਮਜ਼ਾ ਦੇ ਸੀ ਹੈ ਜੀ। ਅਖੇ ਜੀ ਜਿਹੜਾ ਆਪਣਾ ਮੁਸ਼ਕਿਲ ਨਾ ਕਰ ਸਕੇ ਦੂਏ ਨੇ ਕੀ ਹੱਲ ਕਰ ਸੀ? ਮੈਂ ਕਿਹਾ ਅਵਲ ਤਾਂ ਇੰਨਾ ਮੁਸ਼ਕਿਲ ਪੈਣੀ ਨਹੀਂ, ਜੇ ਪੈ ਵਜੇ ਤੇ ਮੁਸ਼ਕਿਲ ਆ, ਮੁਸ਼ਕਿਲ ਸਮਝਦੇ ਹੀ ਨਹੀਂ। ਕਿਸ ਤਰ੍ਹਾਂ? ਮੈਂ ਕਿਹਾ ਨਾਖੁਨ ਹੈ, ਨਾਖਨ ਸਾਰੇ ਜੁੱਸਿਆਂ ਖੁਰਕਣਾ, ਅਵਲ ਤੇ ਇਸਾਂ ਕਦੇ ਖੁਰਕਣੇ ਆਪਣੇ ਉੱਤੇ ਲੋੜ ਹੀ ਨਹੀਂ ਪਈ, ਕਦੇ ਕਿਸੇ ਨਾਖਨ ਨਾ ਖੁਰਕਿਆ। ਸਾਰੇ ਜਿਸਮ ਕੋ ਨਾਖੁਨ ਜੋ ਹੈ ਖੁਜਲਾਤਾ ਹੈ, ਮੁਸ਼ਕਿਲ ਕੁਸ਼ਾਈ ਕਰਤਾ ਹੈ। ਇਹ ਪੈਰਿਆਂ ਖੁਰਕ ਹੋ ਗਈ, ਉੱਥੇ ਪਹੁੰਚੇ ਨੇ ਸਰਕਾਰ, ਐਡਾ ਲੰਬਾ ਵੀ ਹੱਥ ਦਿੱਤਾ ਦੇ ਨਾਲ ਤੇ ਅਖੀਰ ਤੇ ਲਾਇਆ ਨਾ, ਇਸ ਵਾਸਤੇ ਜੀ ਮੁਸ਼ਕਿਲ ਕੁਸ਼ਾ ਜੇ ਨੇ। ਹਾਏ 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 ਹਾਏ, ਸੁਣੀ ਮੁਫਤੀ ਮਜ਼ਾ ਆਈ। ਮੈਂ ਅਰਜ ਕਰ ਰਿਹਾ, ਮੈਂ ਆਖਿਆ ਇੱਕ ਸੁਣੀ ਗੱਲ ਮਾਂ ਵਜਦ ਆਈ, ਕਿਉਂ ਆਈ? ਮੈਂ ਕੁਝ ਵੇਖ ਕੇ ਕੀਤੀ, ਵੇਖ ਇਹ ਮੁਸ਼ਕਿਲ ਕੁਸ਼ਾਵੇ ਨਾਖੁਨ, ਨਾਖੁਨ ਮੁਸ਼ਕਿਲ ਕੁਸ਼ਾਵੇ, ਮੁਸ਼ਕਿਲਾਂ ਹੱਲ ਕਰਨਾ ਤੇ ਅੱਲਾ ਅਖੀਰ ਤੇ ਮਕਾਮ ਦਿੱਤਾ। ਅਲੀ ਮੁਸ਼ਕਿਲ ਕੁਸ਼ਾ ਕਿਉਂ ਨਾ ਹੋਵੇ, ਅਖੀਰ ਤੇ ਮਕਾਮ ਮਿਲਿਆ। ਹਾਲੋ
ਮੈਂ ਆਖਿਆ ਕਿ ਆਖਿਆ ਕਿ ਅਵਲ ਤਾਂ ਜਿਹੜਾ ਮੁਸ਼ਕਿਲ ਕੁਸ਼ਾ ਹੋਵੇ ਉਸ ਮੁਸ਼ਕਿਲ ਪੈਣੀ ਨਹੀਂ, ਜਿਸ ਤਰ੍ਹਾਂ ਨਾਖੁਨਾ ਕਦੇ ਖੁਰਕ ਹੋਈ ਨਹੀਂ, ਖੁਰਕ ਪੈਸੀ ਤਾਂ ਕਿਸੇ ਦੀ ਮਦਦ ਮੰਗਸੀ ਨਾ। ਉਹ ਕਮਲੀ ਵਾਲੇ ਨੀ ਔਲਾਦ ਆ, ਕਰਬਲਾ ਨੀ, ਇਸ ਤਰ੍ਹਾਂ ਦਿਹਾੜੇ ਛੇ ਦਿਹਾੜੇ ਨੀ ਤਕਲੀਫ ਆ, ਤੁਸੀਂ ਤਕਲੀਫ ਸਮਝਿਆ? ਹੁਸੈਨ ਕੇ ਸਾਹਮਣੇ ਯੇ ਕਿਆ ਹੈ ਕਰਬਲਾਏ, ਸੈਂਕੜੋ ਕਰਬਲਾਏ ਆਏ ਤੋ ਹੁਸੈਨ ਕੀ ਠੋਕਰ ਮੇ ਚਲੀ ਜਾਏਗੀ। ਇਹ ਤੂੰ ਏ ਜਿਹੜਾ ਦੀਨੀ ਮਜ਼ਹਬੀ ਕੋਈ ਕੁਰਾਨ ਨੀ, ਭਾਵੇਂ ਰੈਲੀ ਹੋਵੇ ਤੇ ਬਾਹਰ ਨੀ ਨਿਕਲਣਾ ਡਰੇ ਨਾਲ, ਜੇ ਮਤ ਬੰਬ ਬਲਾਸਟ ਨਾ ਹੋ ਵਜੇ ਮਰਨਾ ਵਈਆ। ਹੁਸੈਨ ਵਾਸਤੇ ਇਹ ਜੇ ਕਈ ਬਾਮਣ, ਇਹ ਜੇ ਕਈ ਗਾਮਣ, ਇਹ ਜੇ ਕਈ ਹਾਮਣ, ਪਰ ਹੁਸੈਨ ਵਾਸਤੇ ਫਿਰ ਵੀ ਕੰਮ ਆਉਣ।